ਹਾਂਜੀ ਹੁਣ ਦੱਸੋ। ਜਿੱਦਣ ਦੂਸਰਾ ਪੇੜ ਹੋਣਾ ਨਾ, ਹਾਂਜੀ ਫਿਰ ਸਾਰਿਆਂ ਮੁਸਲਮਾਨਾਂ ਹਿੰਦੂਆਂ ਨੇ ਨਾ ਹਾਂਜੀ ਐਡੇ ਐਡੇ ਥਾਲ ਵਿੱਚ ਗੁੜ ਪਾਉਣਾ, ਵਿੱਚ ਗੁੜ ਪਾ ਕੇ ਆਟੇ ਦੇ ਤੇ ਉਹ ਐਡੇ ਐਡੇ ਪਰੌਂਠੇ ਬਣਾਉਣੇ, ਬਣਾ ਕੇ ਫਿਰ ਉਹ ਐਡਾ ਐਡਾ ਚੂਰਮਾ ਕੁੱਟਣਾ, ਐਡੇ ਐਡੇ ਥਾਲ ਭਰ ਕੇ ਉੱਤੇ ਪੂਣੇ ਪਾ ਕੇ ਤੇ ਫਿਰ ਉੱਥੇ ਬਾਬੇ ਮਿੱਢ ਦੇ ਖੜਨੇ, ਉੱਥੇ ਮਰਾਸੀ ਬੈਠੇ ਹੁੰਦੇ ਸਨ ਸਾਰੇ ਚਾਰ ਚੁਫੇਰੇ, ਉਹਨਾਂ ਨੂੰ ਫਿਰ ਉਹਨਾਂ ਦਾ ਪੜ੍ਹਨਾ ਉੱਥੇ ਬਾਬੇ ਮਿੱਢ ਦਾ ਖਤਮ ਦੇਣਾ, ਉੱਥੇ ਚੂਰਮੇ ਚਾੜ ਕੇ ਆਉਣੇ। ਠੀਕ, ਇਹ ਰਹਿ ਗਿਆ ਸਹੀ ਸਹੀ। ਤੇ ਦੂਸਰਾ ਮੈਂ ਕਹਿ ਲੱਗਾ ਸੀ ਕਿ ਇੱਥੇ ਜਿਹੜਾ ਆਪਣੇ ਪਿੰਡ 'ਚ ਕੋਟ ਗਰਾਏ 'ਚ ਸਿੱਖ ਰਹਿੰਦੇ ਹੁੰਦੇ ਸੀ, ਉਹਨਾਂ ਦੇ ਨਾਂ ਚੇਤੇ ਤੁਹਾਨੂੰ? ਆ ਸਾਡੇ ਸਾਹਮਣੇ ਜਿਹੜਾ ਸੀ ਭਗਤ ਸਿੰਘ ਸੀ, ਹਾਂਜੀ, ਹੈ ਉਹਦੇ ਪੁੱਤ ਨਾਲ ਮਕਬੂਲ ਸੀ, ਮਕਬੂਲ ਸਿੰਘ, ਅੱਛਾ, ਉਹ ਨੁੱਕਰ 'ਚ ਸੀ, ਉਹ ਜਗੀਰ ਸਿੰਘ ਸੀ, ਹਾਂਜੀ, ਉਹਦੇ ਪੁੱਤ ਨਾਲ ਬਚਨ ਸਿੰਘ ਸੀ, ਹਾਂਜੀ, ਹਾਂ, ਆਹੋ, ਠੀਕ, ਆ ਆਹ ਜਿਹੜੇ ਸਨ ਆਪਣੇ ਸਾਹਮਣੇ, ਹਾਂਜੀ, ਇੱਕ ਨਾ ਹਜ਼ਾਰਾ ਸੀ, ਹਜ਼ਾਰਾ ਸਿੰਘ ਤੇ ਇੱਕ ਨਾ ਮੁਨਸ਼ੂ ਸਿੰਘ, ਹਾਂਜੀ, ਹੈਂ, ਆ, ਠੀਕ, ਆ, ਤੇ ਜੈਲਦਾਰ ਵੀ ਆਪਣੇ ਪਿੰਡ ਰਹਿੰਦੇ ਸੀ? ਹਾਂ, ਆਪਣੇ ਜੈਲਦਾਰ ਉਸ ਪਿੱਛੇ ਗੋਲ, ਬੜੀ ਜੈਲਦਾਰਾਂ ਦੇ 6-7 ਮਰੱਬੇ ਨੇ ਇੱਥੇ ਸਨ, ਤੇ ਉੱਥੇ ਤੇ ਪਿੰਡਾਂ ਦੇ ਪਿੰਡ ਉਹਨਾਂ ਲਏ ਸਨ ਪਿੱਛੇ ਵਤਨ, ਠੀਕ, ਉਹਨਾਂ ਨੂੰ ਤੇ ਪਿਆ ਸੀ। ਅੱਛਾ, ਤੇ ਆਪਣਾ ਜਿਹੜਾ ਸਾਡਾ ਪਿਛਲਾ ਜ਼ਿਲ੍ਹਾ ਕਿਹੜਾ ਵਾ? ਗੁਰਦਾਸਪੁਰ। ਗੁਰਦਾਸਪੁਰ, ਪਿੰਡ ਕਿਹੜਾ ਸੀ? ਮੱਦੋ ਗੋਲ। ਉਹ ਹੁਣ ਪਾਕਿਸਤਾਨ 'ਚ ਆਇਆ? ਪਾਕਿਸਤਾਨ ਵਿੱਚ ਹੀ ਆ, ਸਾਡੀ ਤਹਿਸੀਲ ਜਿਹੜੀ ਹੈ ਨਾ ਸ਼ਕਰਗੜ, ਇਹ ਗੁਰਦਾਸਪੁਰ ਦੀ ਸੀ, ਇਹ ਗੁਰਦਾਸਪੁਰ ਦੀ ਤਹਿਸੀਲ ਸੀ ਸ਼ਕਰ, ਗੁਰਦਾਸਪੁਰ ਜ਼ਿਲ੍ਹਾ 'ਚ ਆ ਗਿਆ ਨਾ ਉੱਧਰ, ਹਾਂਜੀ ਹਾਂਜੀ, ਤਹਿਸੀਲ ਜਿਹੜੀ ਆ ਨਾ ਸ਼ਕਰਗੜ, ਹਾਂਜੀ, ਇਹ ਪਾਕਿਸਤਾਨ ਵਿੱਚ ਆਈ ਆ, ਠੀਕ, ਉਹਦੇ ਵਿੱਚ ਅਸੀਂ ਰਹਿਣ ਵਾਲੇ ਆ, ਠੀਕ, ਗੁਰਦਾਸਪੁਰ ਹੀ ਤਾਂ ਵੱਜਦੇ ਆ, ਗੁਰਦਾਸਪੁਰ ਸੀ ਅਸੀਂ ਤਾਂ ਵੱਜਦੇ ਆ, ਨਾਲੇ ਸਾਡੀ ਉੱਥੇ ਵੀ ਨਾ ਪਿੱਛੋਂ ਵੀ ਨਾ, ਹਾਂਜੀ, ਸਾਡੀ ਤਹਿਸੀਲ ਪਾਕਿਸਤਾਨ 'ਚ ਆਈ ਆ ਨਾ, ਹਾਂਜੀ ਹਾਂਜੀ, ਸਾਡੇ ਸਾਡਾ ਪਿਛਲਾ ਪਾਕਿਸਤਾਨ ਵਿੱਚ ਹੀ ਆ, ਹਾਂਜੀ ਹਾਂਜੀ। ਅੱਛਾ, ਮਤਲਬ ਜ਼ਿਲ੍ਹਾ ਤੁਹਾਨੂੰ ਗੁਰਦਾਸਪੁਰ ਹੀ ਵੱਜਦਾ? ਗੁਰਦਾਸਪੁਰ ਹੀ ਵੱਜਦਾ, ਤਹਿਸੀਲ ਉਹ ਫਿਰ ਲੱਗ ਗਿਆ ਨਾ ਸਿਆਲਕੋਟ ਨਾਲ ਲੱਗ ਗਈ ਆ, ਹਾਂਜੀ ਹਾਂਜੀ। ਤੇ ਹੁਣ ਫੁੱਫੀ ਜਿੱਥੇ ਮਤਲਬ ਤੁਸੀਂ ਜਿੱਥੇ ਫੁੱਫੀ ਹੋਣੀਆਂ ਦੀ ਸ਼ਾਦੀ ਹੋਈ ਆ, ਤੇ ਉੱਥੇ ਦਾ ਕੋਈ ਦੱਸਣਗੇ? ਤੇ ਉਹਨਾਂ ਦਾ ਪਿੰਡ ਬਾਬਾ ਜੀ ਹੋਣੀਆਂ ਦਾ ਕਿੱਥੇ? ਰਾਮ ਦੁਆਲੀ, ਜਿਹੜਾ ਪਿੱਛੇ ਅੰਬਰਸਰ, ਅੰਬਰਸਰ, ਰਾਮ ਦੁਆਲੀ। ਤੇ ਜੇ ਕਿਸੇ ਨੂੰ ਰਾਮ ਦੁਆਲੀ ਪਿੰਡ ਦਾ ਪਤਾ ਹੋਏ ਤੇ ਉਹ ਜ਼ਰੂਰ ਸਾਨੂੰ ਪਿੰਡ ਵੀ ਵਿਖਾਵੇ, ਤੇ ਤੁਹਾਡਾ ਦਿਲ ਕਰਦਾ ਰਾਮ ਦੁਆਲੀ ਪਿੰਡ ਵੀ ਵੇਖਣ ਨੂੰ ਵੀਡੀਓ 'ਚ? ਰਾਮ ਦੁਆਲੀ ਪਿੰਡ ਅੰਮ੍ਰਿਤਸਰ ਵਿੱਚ ਸੀ, ਅੰਮ੍ਰਿਤਸਰ ਦੇ ਨਾਲ ਹੀ ਆ, ਥੋੜਾ ਜਿਹਾ ਹਟਵਾਂ ਦੱਸਦੇ ਨੇ। ਠੀਕ, ਲਾਗੇ ਤਾਂ ਕੋਈ ਪਿੰਡਾਂ ਦਾ ਦੱਸਿਆ ਹੋਣਾ ਕੋਈ ਤੁਹਾਨੂੰ? ਥੋੜਾ ਹੋਰ ਤੇ ਨਹੀਂ, ਪਿੰਡ ਖਰੇ ਕੀ ਕੋਈ ਹੋਇਆ, ਪਿੰਡ ਨਾਲ ਹੀ ਨਾ, ਹਾਂਜੀ, ਰਾਮ ਦੁਆਲੀ ਦੇ ਇੱਕ ਪਿੰਡ ਆ, ਉਹਦਾ ਵੀ ਕੁਛ ਹੋਰ ਨਾਂ ਆ, ਉਹ ਮੈਨੂੰ ਆਉਂਦਾ ਨੀ। ਠੀਕ ਠੀਕ, ਸਹੀ ਆ।